ਵੀ ਸਾਡੇ ਸ਼ਹੀਦ ਸੁਭਕਰਨ ਸਿੰਘ ਦਾ ਕਸੂਰ ਕੀ ਸੀਗਾ ਕੀ ਦੇਸ਼ ਦੀ ਰਾਜਧਾਨੀ ਵਿੱਚ ਜਾਣਾ ਸਾਡਾ ਕਸੂਰ ਆ ਔਰ ਇਸ ਕਰਕੇ ਸਾਡੇ ਨੌਜਵਾਨ ਨੂੰ ਤੁਸੀਂ ਗੋਲੀ ਮਾਰੀ ਆ ਜਾਂ ਫਿਰ ਸਾਡੀਆਂ ਮੰਗਾਂ MSP ਲੀਗਲ ਗਰੰਟੀ ਕਾਨੂੰਨ ਉਹਦੀ ਮੰਗ ਕਰਨ ਦਾ ਗੁਨਾਹ ਵਾ ਸਾਡਾ ਬਹੁਤ ਸਾਰੀਆਂ ਹੋਰ ਮੰਗਾਂ ਪਿਛਲੇ ਅੰਦੋਲਨ 'ਚ ਮੰਨੀਆਂ ਹੋਈਆਂ ਵੀ ਸਾਰੇ ਦਿੱਲੀ ਦੇ ਕੇਸ ਵਾਪਸ ਲਏ ਜਾਣਗੇ ਲਖੀਮਪੁਰ ਖਿਰੀ ਦਾ ਇਨਸਾਫ ਦਿੱਤਾ ਜਾਊਗਾ ਹੁਣ ਦੂਜਾ ਨਾਲ ਜੁੜ ਗਿਆ ਵੀ ਸਾਨੂੰ ਖਨੌਰੀ ਕਤਲਕਾਂਡ ਦਾ ਇਨਸਾਫ ਵੀ ਮਿਲਣਾ ਚਾਹੀਦਾ ਔਰ ਜੇ ਅਸੀਂ ਕਹਿ ਰਹੇ ਫਸਲੀ ਬੀਮਾ ਯੋਜਨਾ ਸਰਕਾਰ ਆਪਦੇ ਦਮ ਤੇ ਲਾਗੂ ਕਰੇ ਉਹ ਗੱਲ ਸਾਡੀ ਗੁਨਾਹ ਹੈਗੀ ਆ ਜੋ ਮੋਦੀ ਸਰਕਾਰ ਨੇ ਦੋਵਾਂ ਬਾਰਡਰਾਂ ਤੇ ਜ਼ੁਲਮ ਕੀਤਾ ਵਾ ਉਹਦੀਆਂ ਮੂੰਹ ਬੋਲ ਦੀਆਂ ਤਸਵੀਰਾਂ ਲਾਈਆਂ ਹੋਈਆਂ ਸੀ ਜਿਹੜੇ ਕਹਿੰਦੇ ਸੀ ਹਾਈ ਕੋਰਟ ਦੇ ਵਿੱਚ ਹਰਿਆਣਾ ਦੀ ਪੁਲਿਸ ਕਹਿ ਰਹੀ ਅਸੀਂ ਬੁਲਟ ਨਹੀਂ ਚਲਾਈ ਅਸੀਂ ਤੁਹਾਨੂੰ ਬੁਲਟ ਚੱਲਦੀ ਦਿਖਾ ਰਹੇ ਹਾਂ ਉਹਦੀ ਤਸਵੀਰ ਹੈਗੀ ਆ ਤਾਂ ਹਰਿਆਣੇ ਦੀ ਸਰਕਾਰ ਨੂੰ ਲੱਗਦਾ ਸੀਗਾ ਕਿ ਅਸੀਂ 75,000 ਅਰਧ ਸੈਨਿਕ ਫੋਰਸ ਲਾ ਲਏ ਆ ਜਾਂ ਉੱਥੇ ਪੁਲਿਸ ਫੋਰਸ ਹੈ ਇਸ ਕਰਕੇ ਵਿਰੋਧ ਲਈ ਅਸਮਰਥ ਹੋ ਜਾਣਗੇ ਕਿਸਾਨ ਪਰ ਅਜਿਹਾ ਨਹੀਂ ਹੈਗਾ 75,000 ਅਰਧ ਸੈਨਿਕ ਫੋਰਸ ਲੱਗੇ ਆ ਜਬਰ ਹੋਇਆ ਜੇ ਉੱਥੇ ਵਿਰੋਧ ਹੋ ਗਿਆ ਜਿੱਥੇ ਵੀ ਭਾਜਪਾ ਦੀ ਡਬਲ ਵਾਲੀ ਇੰਜਣ ਵਾਲੀ ਸਰਕਾਰ ਹੈ ਜਿੱਥੇ ਉਹ ਕਹਿੰਦੇ ਵੀ ਸੀ ਚਿੜੀ ਨਹੀਂ ਫਟਕਣ ਦੇਣੀ ਉੱਥੇ ਕਿਸਾਨ ਬਾਹਰ ਨਿਕਲਣਗੇ ਔਰ ਭਾਜਪਾ ਗਠਜੋੜ ਦਾ ਡਟ ਕੇ ਵਿਰੋਧ ਕਰਨਗੇ ਸਾਡਾ ਜਿਹੜਾ 7 ਦਾ ਦੇਸ਼ ਭਰ ਦੇ ਵਿੱਚ ਪ੍ਰੋਗਰਾਮ ਹੈਗਾ ਵਾ ਵੀ ਲੌਂਗ ਮਾਰਚ ਕਰਕੇ ਡੀਸੀਆਂ ਦੇ ਅੱਗੇ ਅਰਥੀ ਫੂਕ ਮੁਜ਼ਾਹਰੇ ਕਰਾਂਗੇ ਹੋਊਗਾ ਅੰਮ੍ਰਿਤਸਰ 'ਚ ਵੀ ਹੋਊਗਾ ਔਰ ਇਹ ਤੋਂ ਕਹਾਂ 9 ਨੂੰ ਸ਼ੰਭੂ ਬਾਰਡਰ ਦੇ ਉੱਤੇ ਅਸੀਂ ਪੱਕੀ ਰੇਲ ਜਾਮ ਕਰਾਂਗੇ ਅੱਜ ਅਸੀਂ ਚੱਬੇ ਪਿੰਡ 'ਚ ਡੀਸੀ ਕਰ ਰਹੇ ਹਾਂ ਸਾਰੇ ਪ੍ਰੈਸ ਵਾਲਿਆਂ ਦਾ ਧੰਨਵਾਦ ਤੁਸੀਂ ਸਮਾਂ ਕੱਢ ਕੇ ਆਏ ਹੋ ਲਗਭਗ ਜਿਹੜਾ ਹਰਿਆਣਾ ਦੇ ਬਾਰਡਰਾਂ 'ਤੇ ਮੋਰਚਾ ਚੱਲ ਰਿਹਾ ਉਹਨੂੰ 53ਵਾਂ ਦਿਨ ਹੋ ਗਿਆ ਔਰ ਬੜੀ ਸਫਲਤਾ ਨਾਲ ਆਪਾਂ ਮੋਰਚਾ ਜਿਹੜਾ ਵਾ ਉਹ ਚਲਾ ਰਹੇ ਹੈਗੇ ਹਾਂ ਜਿਹੜੀ ਅੱਜ ਅਸੀਂ ਗੱਲ ਕਰਨੀ ਤੁਹਾਡੇ ਸਾਹਮਣੇ ਜਿਹੜਾ ਦੋਵਾਂ ਫੋਰਮਾਂ ਵੱਲੋਂ ਇਹ ਫੈਸਲਾ ਹੋਇਆ ਸੀਗਾ ਜਿਹੜਾ ਤੁਹਾਡੇ ਪਿੱਛੇ ਬੈਨਰ ਲੱਗਾ ਹੋਇਆ ਵਾ ਇਹ ਪੂਰੇ ਦੇਸ਼ ਦੇ ਵਿੱਚ ਅੱਡ ਅੱਡ ਰਾਜਾਂ ਦੀਆਂ ਭਾਸ਼ਾਵਾਂ ਦੇ ਵਿੱਚ ਜਿਹੜੀ ਜਿਹੜੀ ਕੋਈ ਸੂਬੇ ਦੀ ਭਾਸ਼ਾ ਹੈਗੀ ਆ ਉਹਦੇ ਵਿੱਚ ਪੂਰੇ ਦੇਸ਼ ਦੇ ਹਰ ਪਿੰਡ ਵਿੱਚ ਗਲੀ ਵਿੱਚ ਕੂਚੇ ਵਿੱਚ ਇਹ ਪੋਸਟਰ ਲਾਵਾਂਗੇ ਵੀ ਜਿਹੜੀ ਭਾਜਪਾ ਗਠਜੋੜ ਦੇ ਜਿਹੜੇ ਵੀ ਕੋਈ ਬੰਦੇ ਤੁਹਾਡੇ ਪਿੰਡ ਵਿੱਚ ਨਗਰ ਵਿੱਚ ਇਲਾਕੇ ਵਿੱਚ ਆਉਂਦੇ ਆ ਆਪਾਂ ਫਿਰ ਆਹ ਮੰਗਾਂ ਨਾਲ ਜੁੜ ਕੇ ਸਵਾਲ ਕਰਨੇ ਉਹਨਾਂ ਨੂੰ ਵੀ ਸਾਡੇ ਸ਼ਹੀਦ ਸੁਭਕਰਨ ਸਿੰਘ ਦਾ ਕਸੂਰ ਕੀ ਸੀਗਾ ਕੀ ਦੇਸ਼ ਦੀ ਰਾਜਧਾਨੀ ਵਿੱਚ ਜਾਣਾ ਸਾਡਾ ਕਸੂਰ ਆ ਔਰ ਇਸ ਕਰਕੇ ਸਾਡੇ ਨੌਜਵਾਨ ਨੂੰ ਤੁਸੀਂ ਗੋਲੀ ਮਾਰੀ ਆ ਜਾਂ ਫਿਰ ਸਾਡੀਆਂ ਮੰਗਾਂ MSP ਲੀਗਲ ਗਰੰਟੀ ਕਾਨੂੰਨ ਉਹਦੀ ਮੰਗ ਕਰਨ ਦਾ ਗੁਨਾਹ ਵਾ ਸਾਡਾ ਜਿਹੜਾ ਤੁਸੀਂ ਆਪਦੇ ਚੋਣ ਮੈਨੀਫੈਸਟੋ ਵਿੱਚ ਜਦੋਂ ਸਵਯਮ ਸਾਡੇ ਪ੍ਰਧਾਨ ਮੰਤਰੀ ਜੀ ਮੁੱਖ ਮੰਤਰੀ ਹੁੰਦੇ ਸੀ ਪ੍ਰਧਾਨ ਮੰਤਰੀ ਦੇ ਐਜ ਏ ਉਮੀਦਵਾਰ ਆਏ ਸੀਗੇ ਉਦੋਂ ਇਹ ਗੱਲਾਂ ਕਰਦੇ ਰਹੇ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਮਾਫੀ ਦੀ ਗੱਲ ਕਰਦੇ ਰਹੇ ਔਰ ਬਹੁਤ ਸਾਰੀਆਂ ਹੋਰ ਮੰਗਾਂ ਪਿਛਲੇ ਅੰਦੋਲਨ 'ਚ ਮੰਨੀਆਂ ਹੋਈਆਂ ਵੀ ਸਾਰੇ ਦਿੱਲੀ ਦੇ ਕੇਸ ਵਾਪਸ ਲਏ ਜਾਣਗੇ ਲਖੀਮਪੁਰ ਖਿਰੀ ਦਾ ਇਨਸਾਫ ਦਿੱਤਾ ਜਾਊਗਾ ਹੁਣ ਦੂਜਾ ਨਾਲ ਜੁੜ ਗਿਆ ਵੀ ਸਾਨੂੰ ਖਨੌਰੀ ਕਤਲਕਾਂਡ ਦਾ ਇਨਸਾਫ ਵੀ ਮਿਲਣਾ ਚਾਹੀਦਾ ਇਹਦੇ ਨਾਲ ਦੀ ਨਾਲ ਬਿਜਲੀ ਬਿੱਲ ਜਿਹੜਾ ਕਹਿੰਦੇ ਸੀ ਸਾਰੇ ਖਪਤਕਾਰਾਂ ਨੂੰ ਪੁੱਛ ਕੇ ਲੈ ਕੇ ਆਵਾਂਗੇ ਉਹ ਹੁਣ ਬਾਈ ਇਹਨਾਂ ਨੇ ਝੂਠ ਬੋਲ ਕੇ ਬਣਾ ਕੇ ਰੱਖ ਲਿਆ ਬਿਜਲੀ ਐਕਟ 2023 'ਚ ਵੀ ਬਣ ਗਿਆ ਵਾ ਪੂਰੇ ਦੇਸ਼ 'ਚ ਲਾਗੂ ਹੋਣਾ ਵਾ ਔਰ ਜੇ ਅਸੀਂ ਕਹਿ ਰਹੇ ਫਸਲੀ ਬੀਮਾ ਯੋਜਨਾ ਸਰਕਾਰ ਆਪਦੇ ਦਮ 'ਤੇ ਲਾਗੂ ਕਰੇ ਉਹ ਗੱਲ ਸਾਡੀ ਗੁਨਾਹ ਹੈਗੀ ਆ ਜਾਂ ਅਸੀਂ ਕਹਿੰਦੇ ਹਾਂ ਵੀ ਭਾਰਤ WTO 'ਚੋਂ ਬਾਹਰ ਆ ਜਾਵੇ ਉਹ ਸਾਡਾ ਗੁਨਾਹ ਹੈਗਾ ਵਾ ਕਿਹੜੀ ਗੱਲ ਦਾ ਗੁਨਾਹ C250 ਦੇ ਅਨੁਸਾਰ ਫਸਲਾਂ ਦੇ ਭਾਅ ਮੰਗਣਾ ਸਾਡਾ ਗੁਨਾਹ ਵਾ ਜਿਹੜੀ ਭਾਜਪਾ ਆਪਦੇ ਟਾਈਮ 'ਚ ਕਹਿੰਦੀ ਰਹੀ ਆ ਕਿਹੜੀ ਗੱਲ ਸਾਡਾ ਗੁਨਾਹ ਵਾ ਇਹ ਸਵਾਲ ਸਾਨੂੰ ਲੱਗਦਾ ਪੂਰੇ ਦੇਸ਼ ਦੇ ਭਾਜਪਾ ਗਠਜੋੜ ਦੇ ਸਾਹਮਣੇ ਰੱਖਣ ਦਾ ਮੌਲਿਕ ਅਤੇ ਡੈਮੋਕ੍ਰੈਟਿਕ ਕੰਟਰੀ ਦੇ ਵਿੱਚ ਹੱਕ ਹੈਗਾ ਅਸੀਂ ਸਵਾਲ ਕਰੀਏ ਉਹਨਾਂ ਨੂੰ ਇਹ ਪੋਸਟਰ ਅੱਜ ਚੱਬਾ ਪਿੰਡ ਵਿੱਚ ਅਸੀਂ ਲਾਂਚ ਕਰ ਰਹੇ ਹੈਗੇ ਹਾਂ ਅਤੇ ਚੱਬੇ ਪਿੰਡ ਵਿੱਚ ਲਾ ਕੇ ਇਹ ਮੁਹਿੰਮ ਦੀ ਸ਼ੁਰੂਆਤ ਅਸੀਂ ਕਰ ਰਹੇ ਪੰਜਾਬ ਦੇ 13,000 ਪਿੰਡਾਂ ਵਿੱਚ ਤੁਹਾਡੇ ਮਾਧਿਅਮ ਰਾਹੀਂ ਅਪੀਲ ਕਰਨਾ ਚਾਹਵਾਂਗੇ ਵੀ ਜਿੱਥੇ ਜਿੱਥੇ ਮੰਡੀਆਂ ਨਹੀਂ ਵੀ ਹੈਗੀਆਂ ਉੱਥੇ ਇਹ ਪੋਸਟਰ ਦਾ ਡਾਟਾ ਲੈ ਕੇ ਸਾਤੋਂ ਹਰ ਪਿੰਡ ਦੇ ਵਿੱਚ ਇਹ ਪੋਸਟਰ ਲੱਗਣੇ ਚਾਹੀਦੇ ਆ ਸ਼ਹੀਦ ਸੁਭਕਰਨ ਸਿੰਘ ਜੀ ਦੀ ਫੋਟੋ ਲਾ ਕੇ ਨਾਲ ਮੰਗਾਂ ਦੇ ਨਾਲ ਸਵਾਲ ਲਿਖੇ ਹੋਏ ਆ ਨਾਲ ਦੀ ਨਾਲ ਔਰ ਨਾਲ ਦੀ ਨਾਲ ਜੋ ਮੋਦੀ ਸਰਕਾਰ ਨੇ ਦੋਵਾਂ ਬਾਰਡਰਾਂ 'ਤੇ ਜ਼ੁਲਮ ਕੀਤਾ ਵਾ ਉਹਦੀਆਂ
मूह बोल दिया तस्वीर लाइया हुई सी जेडे कहते हाई कोर्ट के हरियाणा की पुलिस कह रही है बुलेट नहीं चलाई असि थोनू बुलेट चलती दिखा रहे हैं उसकी तस्वीर हैगी पैलेट गन्ना चल दिया थोड़ा दिखा रहे हैं बकायदा जड़ा कल असी ट्रैक्टर खिंच के लिया परसों ओ एस एल आर दोलियां वा थोनू भी दिखा देने निकल के आईया तो की जुल्म किया जुल्म दिया बोल दिया तस्वीर और जिमें नौजवान शहीद शुभकर्ण सिंह गोली मारी गई सारी तस्वीर गाथा पूरे देश के सामने रखांगे इहदी शुरुआत अज असी कर रहे हैं उस लड़ी तहत ठीक है अपना कल राणिया पिंड अमृतसर जिले का उत्थे भाजपा के आगू मुखविंदर सिंह माहल पहुंचे सीगे जदों उह सवालों के जवाब देन तो समर्थ रहे होर्स विच आ गई फिर काले झंडे नाल विरोध किसानों ने किया उत्थों उन्हां नूं निकलना पै गया तां इह विरोध हर पिंड विच इही होगा और अज इस तरह मैनूं लगता हरियाणे की सरकार नूं लगता सीगा कि असी 75,000 अर्ध सैनिक फोर्स ला ले आ जां उत्थे पुलिस फोर्स है इस करके विरोध लई असमर्थ हो जाणगे किसान पर अजिहा नहीं हैगा प्याओ माजरा की वड्डी महापंचायत शहीदी समागम मौड़ा मंडी की वड्डा शहीदी समागम वड्डी तरह सफलता नाल कर लिया और अज साडे आगू सरदार जरनैल सिंह जी उन्हां दी जथेबंदी वालों किसानां मजदूरां ने उत्थे मुख्यमंत्री रतिया विच आए से अज हरियाणा दे मुख्यमंत्री सैनी साहब उहदा विरोध किया सवाल करन दा अधिकार नहीं दे रही भाजपा जे मुख्यमंत्री जी सच्चे सी साडे बंदे आंदे सी वी असीं बह के सवाल जवाब करना चाहुंदे कर लो असीं विरोध भी नहीं करदे साडा हक आ डरदिआं साडे सवालों के जवाब देन दा हक नहीं हैगा जरनैल सिंह दी मैं वीडियो पूरी मीडिया नूं पाती आ रही हैगी आ उहनां नूं गिरफ्तार किते 300 तों 400 किसान उत्थे गिरफ्तार करके थाणियां ते जेलां नूं खड़े जा रहे आ भाजपा जो कर लवे ਇਹ ਪੂਰੇ ਦੇਸ਼ ਵਿੱਚ ਇਹ ਵਰਤਾਰਾ ਆਉਣ ਵਾਲੇ ਸਮੇਂ ਵਿੱਚ ਦੇਖਣ ਨੂੰ ਮਿਲੂਗਾ ਜਿੱਥੇ ਜਿੱਥੇ ਜੇ ਹਰਿਆਣੇ ਵਿੱਚ 75,000 ਅਰਧ ਸੈਨਿਕ ਫੋਰਸ ਲੱਗੇ ਆ ਜਬਰ ਹੋਇਆ ਜੇ ਉੱਥੇ ਵਿਰੋਧ ਹੋ ਗਿਆ ਜਿੱਥੇ ਵੀ ਭਾਜਪਾ ਦੀ ਡਬਲ ਵਾਲੀ ਇੰਜਨ ਵਾਲੀ ਸਰਕਾਰ ਆ ਜਿੱਥੇ ਉਹ ਕਹਿੰਦੇ ਵੀ ਸੀ ਚਿੜੀ ਨਹੀਂ ਫਟਕਣ ਦੇਣੀ ਉੱਥੇ ਕਿਸਾਨ ਬਾਹਰ ਨਿਕਲਣਗੇ ਔਰ ਭਾਜਪਾ ਗਠਜੋੜ ਦਾ ਡਟ ਕੇ ਵਿਰੋਧ ਕਰਨਗੇ ਇਹ ਵਿਰੋਧ ਲਗਾਤਾਰ ਪਿੰਡ ਪੱਧਰੀ ਹੋ ਰਿਹਾ ਵਾ सो इस तरीके जी ये परसैप्शन सी भी यह अंदोलन कला पंजाब का अंदोलन आ अजे ही कोई गल नहीं हैगी हरियाणे दे विच जिड्डियां वड्डियां सी महापंचायतां कीतियां राजस्थान दे विच कीती आ और राजस्थान दे अजे तक उभर नहीं आ राजस्थान दे बार्डर ते धरना भी लगा होया उत्थे 2000 किसान सुबह आउंदा 60-70 ट्रालियां वा शामां नूं चलिया जांदा कोई 500 रह जांदा हरे इसे तरह तुसीं देखोगे अड अड सूबिया दे विच मोर्चे होर आने वाले समय के वधणगे आने वाले समय इस तरीके 3 अप्रैल नूं करनाटका दे विच वड्डी महापंचायत हो चुकी है और असी शंभू बार्डर तो चंडीगढ़ तो जिहड़ी शहीद की शहीदी यात्रा साउथ इंडिया नूं शुरू कीती सी ओह कुंभ टूर तमिलनाडु दे विच पहुँच चुकी है उत्थे लगातार प्रचार हो रहा वा और आने वाले दिनों साडा दौरा भी कल तो शुरू हो जाना वा और असी इस तरीके केरला दे विच तमिलनाडु दे विच ते पोंडीचेरी दे विच प्रचार करांगे उदों गाह असी राजस्थान भी जा रहे हैं तुहानू उह सारी डिटेल दांगे ते मध्य प्रदेश दे विच भी वड्डियां महापंचायतां और शहीदी समागम असी जिहड़े आ वड्डे पद्धर ते करांगे जिहड़ी आ परसैप्शन सी भी इह अंदोलन कल्ला पंजाब दा वा इह झूठी साबित हो जूगी भाजपा दी और उह बैकफुट ते जांदे नजर आउणगे जिहड़ी पार्टी अज दूजियां ते इल्जाम ला रही लावे कोई पार्टी भ्रष्टाचार नाल लिप्त हो सकती है प्रधानमंत्री जी लगातार बोल रहे तो प्रधानमंत्री जी की पार्टी खुद चोन बांड दे विच फसी हुई है जे मानयोग सुप्रीम कोर्ट यह दखलदाजी ना करदा भी तुसीं सारा कुछ लोगों का नशर करो भी किहड़ी कंपनी ने किहड़े बंदे ने किहड़ी पार्टी नूं किन्ना फंड दिता हैगा और अनुराग ठाकुर जी मानयोग सुप्रीम कोर्ट के फैसले की निरादरी करते नजर आए टीवी चैनलों पर ठीक है जदों कोई भी कोर्ट का फैसला आउंदा किसी के विरुद्ध चलिया जाए उहदी आलोचना कर सकता हुंदा भी सानू फैसला मंजूर नहीं पर सत्ता च बैठे जिहड़े साडे वारी कहिंदे सी भी इह आलोचना करदे सत्ता च बैठे नूं जे फैसला ठीक नहीं हैगा तो सरेआम सुप्रीम कोर्ट की आलोचना करते नजर आ रहे हैं जे सुप्रीम कोर्ट कोई सही फैसला लोगों के पक्ष च लैंदा भी हैगा वा तो उहदी आलोचना अपने जिहड़ा डैमेज उहनां नूं हो रहा इस इलैक्शनां दे विच उह तों बचण वास्ते सारा कुछ
ਕੀਤਾ ਜਾ ਰਿਹਾ। ਔਰ ਤੁਸੀਂ ਦੇਖੋਗੇ ਵੀ ਆਉਣ ਵਾਲੇ ਜਦੋਂ ਭਾਜਪਾ ਦਾ ਵਿਰੋਧ ਹੋਇਆ, ਜਿਹੜਾ ਆਰ ਐਸ ਐਸ ਨੇ ਸਾਡੇ ਤੇ ਫਤਵਾ ਜਾਰੀ ਕੀਤਾ ਸੀ ਵਾ ਵੀ ਇਲੈਕਸ਼ਨਾਂ ਦੇ ਵਿੱਚ ਕਿਸਾਨ ਜਿਹੜੇ ਆ ਉਹ ਬਦਅਮ ਨਹੀਂ ਫੈਲਾਊਗਾ ਇਹਨਾਂ ਦਾ ਅੰਦੋਲਨ, ਉਹਦਾ ਮਕਸਦ ਸੀਗਾ ਵੀ ਸਾਡੇ ਅੰਦੋਲਨ ਦੇ ਵਿੱਚ ਆਪ ਸ਼ਰਾਰਤ ਕਰਨਗੇ, ਆਪਣੀਆਂ ਏਜੰਸੀਆਂ ਨਹੀਂ ਸਾਡਾ ਨੁਕਸਾਨ ਕਰਨਗੇ ਔਰ ਬਦਨਾਮੀ ਦਾ ਟਿੱਕਾ ਸਾਡੇ ਮੱਥੇ ਤੇ ਬਣਨਗੇ। ਔਰ ਤੁਸੀਂ ਆਉਣ ਵਾਲੇ ਦਿਨਾਂ 'ਚ ਇਹਦੀਆਂ ਸੰਭਾਵਨਾ ਦੇ ਇਨਕਾਰ ਨਾ ਕਰੀਂ, ਵਾਰ ਵਾਰ ਪ੍ਰੈਸ ਰਾਹੀਂ ਇਹ ਸੁਚੇਤ ਕਰਦੇ ਰਹਿੰਦੇ ਸਰਕਾਰ ਦੀਆਂ ਏਜੰਸੀਆਂ ਨੂੰ, ਫੋਰਸਾਂ ਨੂੰ, ਵੀ ਇਹ ਘਟਨਾਵਾਂ ਵਾਪਰ ਕੇ ਸਾਡੇ ਮੱਥੇ ਤੇ ਮੜੀਆਂ ਜਾਣਗੀਆਂ। ਇਸ ਅੰਦੋਲਨ ਦੀ ਵੱਡੀ ਪ੍ਰਾਪਤੀ ਆ ਵੀ ਸਰਕਾਰ ਨੂੰ ਅਸੀਂ ਵਿਕਾਸ ਵਾਲੇ ਮੁੱਦੇ ਤੇ ਖਿੱਚ ਲਿਆਂਦਾ, ਜਿਹੜਾ ਵਿਕਸਿਤ ਭਾਰਤ ਦਾ ਨਾਰਾ ਦੇ ਰਹੀ ਆ ਭਾਜਪਾ, ਇਹ ਸਾਡੇ ਅੰਦੋਲਨ ਦੀ ਪ੍ਰਾਪਤੀ ਹੈਗੀ ਆ। ਵਜ੍ਹਾ ਵੀ ਪਹਿਲੋਂ ਅਸੀਂ ਨਹੀਂ ਕਹਿੰਦੇ ਵੀ ਕੋਈ ਆਪਦਾ ਧਾਰਮਿਕ ਸਥਲ ਨਾ ਬਣਾਵੇ, ਜਾਣੀ ਯੂਪੀ ਦੇ ਵਿੱਚ ਰਾਮ ਮੰਦਿਰ ਬਣ ਗਿਆ ਚੰਗੀ ਗੱਲ ਆ, ਇਹ ਕੋਈ ਮਾੜੀ ਗੱਲ ਨਹੀਂ ਹੈ, ਪਰ ਉਸ ਮੁੱਦੇ ਤੇ ਜਿਵੇਂ ਇਲੈਕਸ਼ਨ ਲੜਨਾ ਚਾਹੁੰਦੀ ਸੀ ਭਾਜਪਾ ਉਹਦੇ ਵਿੱਚ ਸਫਲ ਨਹੀਂ ਹੋ ਸਕੀ, ਔਰ ਜਿਵੇਂ ਸੀਏ ਦੇ ਮੁੱਦੇ ਤੇ ਚੋਣ ਅੰਦੋਲਨ ਕਰਨਾ ਚਾਹੁੰਦੇ ਉਹਦੇ 'ਚ ਵੀ ਕਾਮਯਾਬ। ਹੁਣ ਅਸਲ ਵਿੱਚ ਇਹ ਜਿਹੜਾ ਚੋਣਾਂ ਦੇ ਵਿੱਚ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ, ਅਸੀਂ ਕਿਸਾਨਾਂ ਮਜ਼ਦੂਰਾਂ ਦੇ ਮੁੱਦਿਆਂ ਦੇ ਦੁਆਲੇ ਇਸ ਦੇਸ਼ ਦੀ ਰਾਜ ਨੀਤੀ ਨੂੰ ਔਰ ਉਹਦੇ ਪ੍ਰਚਾਰ ਪ੍ਰੋਪੇਗੰਡੇ ਨੂੰ ਘੁਮਾਉਣਾ ਚਾਹੁੰਦੇ ਸੀ, ਉਹ ਘੁੰਮ ਚੁੱਕਾ। ਇਸ ਅੰਦੋਲਨ ਦੀ ਇਹ ਵੱਡੀ ਪ੍ਰਾਪਤੀ ਹੋ ਗਈ ਆ, ਬਹੁਤ ਚੰਗੀ ਗੱਲ ਆ। ਪ੍ਰਧਾਨ ਮੰਤਰੀ ਜੀ ਵਿਕਾਸ ਦੇ ਨਾਂ 'ਤੇ ਚੋਣਾਂ ਲੜਨ, ਇਹ ਚੰਗੀ ਗੱਲ ਹੈ, ਦਾ ਸਵਾਗਤ ਕਰਾਂਗੇ, ਔਰ ਉਹਨਾਂ ਕੋਲ ਜਵਾਬ ਮੰਗਾਂਗੇ ਫਿਰ ਵੀ ਕੀ ਪਿਛਲੇ 10 ਸਾਲਾਂ 'ਚ ਕਿਹੜਾ ਵਿਕਾਸ ਹੋ ਗਿਆ ਉਹ ਦੇਖ ਲੈਣ। ਜਿੱਦਣ ਉਹ ਆਏ ਸੀ, ਜੇ ਉਹ ਬਹੁਤ ਸਾਰੀਆਂ ਚੀਜ਼ਾਂ ਦਾ ਐਜ ਲੈਂਦੇ ਆ ਵੀ ਸਾਡੀ ਸਰਕਾਰ ਵੇਲੇ ਆਹ ਹੋਇਆ, 1.25 ਲੱਖ ਸਟਾਰਟਅਪ ਦਾ ਨਾਂ ਲੈਂਦੇ ਆ ਵੀ ਅਸੀਂ ਸ਼ੁਰੂਆਤ ਕੀਤਾ, ਬਹੁਤ ਸਾਰੇ ਕੰਮਾਂ ਦਾ ਉਹ ਐਜ ਲੈਂਦੇ, ਉਹਨਾਂ ਨੂੰ ਹੱਕ ਹੈਗਾ, ਫਿਰ ਇਹ ਵੀ ਅੱਜ ਲੈਣ ਵੀ ਜਿੱਦਣ ਉਹ ਆਏ ਸੀ ਉਹਨਾਂ ਸਾਡੇ ਭਾਰਤ ਦੇ ਸਿਰ 65 ਲੱਖ ਕਰੋੜ ਰੁਪਈਏ ਦਾ ਕਰਜ਼ਾ ਸੀਗਾ, ਅੱਜ 175 ਲੱਖ ਕਰੋੜ ਰੁਪਈਏ ਦਾ ਕਰਜ਼ਾ ਚੜ ਚੁੱਕਿਆ ਸਰਕਾਰ ਦੇ ਅੰਕੜੇ ਹੈਗੇ। ਜਿੱਦਣ ਉਹ ਆਏ ਸੀਗੇ 62 ਰੁਪਈਏ ਤਕਰੀਬਨ ਡੀਜ਼ਲ ਪੈਟਰੋਲ ਦੇ ਰੇਟ ਸੀ, ਅੱਜ ਤਾਂ ਕਿੱਥੇ ਚਲੇ ਗਏ ਆ ਇਹ ਦੇਖ ਲੈਣ। ਹੁਣ ਡਾਲਰ ਕਿੱਥੇ ਸੀਗਾ ਜਿਹੜਾ ਇਲਜ਼ਾਮ ਲਾਉਂਦੇ, ਅੱਜ ਡਾਲਰ 83 ਰੁਪਈਏ ਤੋਂ ਵੀ ਟੱਪਿਆ ਪਿਆ, ਸੋਨਾ ਸਭ ਤੋਂ ਮਹਿੰਗਾ ਇਸ ਸਰਕਾਰ ਦੇ ਵਿੱਚ ਹੋਇਆ, ਔਰ ਬਾਕੀ ਸਾਡਾ ਖਾਦਾਂ ਦੇ, ਦਵਾਈਆਂ ਦੇ, ਖੇਤੀ ਮਸ਼ੀਨਰੀ ਦੇ, ਡੀਜ਼ਲ ਦੇ, ਬੀਜਾਂ ਦੇ ਰੇਟ ਕਿੰਨੇ ਗੁਣਾ ਵੱਧ ਚੁੱਕੇ ਆ, ਤੇ ਸਾਡੀ ਆਮਦਨ ਵਿੱਚ ਜਿਹੜੇ ਕਹਿੰਦੇ 2022 ਦੇ ਵਿੱਚ ਸਾਡੀ ਆਮਦਨ ਦੁੱਗਣੀ ਕਰਨੀ ਆ, ਉਹਦੇ ਬਾਰੇ ਤੇ ਭਾਜਪਾ ਬੋਲਦੀ ਨਹੀਂ ਹੈਗੀ, ਨਾ ਸਵੈਮ ਪ੍ਰਧਾਨ ਮੰਤਰੀ ਜੀ ਬੋਲਦੇ ਨੇ ਵੀ ਕਿਸਾਨਾਂ ਦੀ ਆਮਦਨ ਦਾ ਕੀ ਬਣ ਗਿਆ। ਆਏ ਦਿਨ ਪੰਜਾਬ ਵਿੱਚ ਵੀ ਦੇਸ਼ ਦੇ ਵਿੱਚ ਕਿਸਾਨ ਮਜ਼ਦੂਰ ਕਰਜ਼ੇ ਕਰਕੇ ਖੁਦਕੁਸ਼ੀਆਂ ਕਰ ਰਹੇ ਨੇ, ਤਾਂ ਮੈਨੂੰ ਲੱਗਦਾ ਜਿਹੜਾ ਵਿਕਸਿਤ ਭਾਰਤ ਦਾ ਨਾਰਾ ਆ ਰਿਹਾ, ਠੀਕ ਹੈ ਕਾਰਪੋਰੇਟ ਦਾ ਵਿਕਾਸ ਹੋ ਗਿਆ ਹੋਊ, ਬਹੁਤ ਚੰਗੀ ਗੱਲ ਆ, ਪਰ ਆਮ ਜਨਤਾ ਦਾ ਵਿਕਾਸ ਕੋਈ ਨਹੀਂ ਹੈਗਾ। ਸਮਾਜਿਕ ਇੰਡੈਕਸ ਦੇ ਵਿੱਚ ਅਸੀਂ ਬੰਗਲਾਦੇਸ਼ ਤੇ ਨੇਪਾਲ ਤੋਂ ਵੀ ਪਿੱਛੇ ਚੱਲ ਰਹੇ ਹੈਗੇ ਜੋ ਹਾਲਾਤ ਨੇ। ਇਹਦੋਂ ਕਹਾਂ ਜਿਹੜਾ ਅਸੀਂ ਭਗਵੰਤ ਮਾਨ ਸਰਕਾਰ ਦੇ ਖਿਲਾਫ ਮੋਰਚਾ ਖੋਲਿਆ ਸੀਗਾ, ਜਿਹੜੇ ਇਹਨਾਂ ਨੇ 9 ਸੈੱਲਾਂ ਨੂੰ 26 ਮਾਰਕੀਟ ਕਮੇਟੀਆਂ ਦਾ ਤੋੜ ਕੇ ਮਰਜ ਕਰਨ ਦਾ ਜਿਹੜਾ ਫੈਸਲਾ ਕੀਤਾ ਸੀਗਾ, ਜਦੋਂ ਅਸੀਂ 7 ਦਾ ਪ੍ਰੋਗਰਾਮ ਰੱਖਿਆ, 9 ਦਾ ਸ਼ੰਭੂ ਬਾਰਡਰ ਤੇ ਰੇਲ ਰੋਕੋ ਕੀਤਾ ਸੀਗਾ ਭਗਵੰਤ ਮਾਨ ਸਰਕਾਰ ਨੂੰ, ਸਾਡੀ ਚੰਡੀਗੜ੍ਹ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ 4 ਘੰਟਿਆਂ ਬਾਅਦ ਉਹ ਫੈਸਲਾ ਵਾਪਸ ਲੈਣਾ ਪੈ ਗਿਆ। ਅਸੀਂ ਕਹਿੰਦੇ ਬਹੁਤ ਚੰਗਾ ਕੀਤਾ ਭਗਵੰਤ ਮਾਨ ਸਰਕਾਰ ਨੇ ਇਹ ਵਾਪਸ ਲੈ ਲਿਆ ਫੈਸਲਾ। ਅਸੀਂ ਅਗਲੀ ਗੱਲ ਕਰਦੇ ਹਾਂ ਵੀ ਭਗਵੰਤ ਮਾਨ ਸਰਕਾਰ ਕੇਂਦਰ ਨੂੰ ਚਿੱਠੀ ਲਿਖੇ ਵੀ ਜਿਹੜੇ ਇਹ ਸੈਲੋਜ ਨੇ ਇਹਨਾਂ ਨੂੰ FCI ਦੇ ਘੇਰੇ ਵਿੱਚ ਲਿਆਂਦਾ ਜਾਵੇ, ਅਗਲਾ ਪੱਖ ਇਹ ਹੋਵੇ ਪ੍ਰਾਈਵੇਟ ਸੈਲੋਜ ਦੀ ਪਾਲਿਸੀ ਪੰਜਾਬ ਸਰਕਾਰ ਨੂੰ ਵਾਪਸ ਲੈਣੀ ਚਾਹੀਦੀ ਆ। ਔਰ ਬਾਕੀ ਸਾਡਾ ਜਿਹੜਾ 7 ਦਾ ਦੇਸ਼ ਭਰ ਦੇ ਵਿੱਚ ਪ੍ਰੋਗਰਾਮ ਹੈਗਾ ਵਾ ਵੀ ਲੌਂਗ ਮਾਰਚ ਕਰਕੇ DC-ਆਂ ਦੇ ਅੱਗੇ ਅਰਥੀ ਫੂਕ ਮੁਜ਼ਾਹਰੇ ਕਰਾਂਗੇ, ਹੋਊਗਾ ਅੰਮ੍ਰਿਤਸਰ 'ਚ ਵੀ ਹੋਊਗਾ। ਔਰ ਇਹ ਤੋਂ ਕਹਾਂ 9 ਨੂੰ ਸ਼ੰਭੂ ਬਾਰਡਰ ਦੇ ਉੱਤੇ ਅਸੀਂ ਪੱਕੀ ਰੇਲ ਜਾਮ ਕਰਾਂਗੇ, ਬੇਸ਼ੱਕ ਪੰਜਾਬ ਦੇ ਵਿੱਚ ਭਗਵੰਤ ਮਾਨ ਸਰਕਾਰ ਦੇ ਹੁਣ ਪੁਤਲੇ ਨਹੀਂ ਫੂਕਾਂਗੇ ਕਿਉਂਕਿ ਉਹਨਾਂ ਨੇ ਫੈਸਲਾ ਆਪਦਾ ਵਾਪਸ ਲੈ ਗਿਆ। ਭਗਵੰਤ ਮਾਨ ਸਰਕਾਰ ਨਾਲ ਇੱਕ ਗੱਲ ਜੁੜੀ ਹਜੇ ਬਾਕੀ ਆ ਵੀ ਉਹ ਬਾਰਡਰਾਂ 'ਤੇ ਬਿਜਲੀ ਪਾਣੀ, ਔਰ ਇਹ ਤੋਂ ਕਹਾਂ ਉੱਥੇ ਮੱਛਰ ਵਗਾਰੀ ਬਿਮਾਰੀ ਦਾ ਸਾਰਾ ਪ੍ਰਬੰਧ ਕਰ ਲਵੇ ਆਪਦਾ। ਔਰ ਇਹ ਤੋਂ ਕਹਾਂ ਜਿਹੜੇ ਹਰਿਆਣੇ ਦੇ ਵਿੱਚ ਕਿਸਾਨ ਗ੍ਰਿਫਤਾਰ ਹੋਏ ਆ, ਜੇ ਉਹਨਾਂ ਕਿਸਾਨਾਂ ਨੂੰ ਰਿਹਾ ਨਹੀਂ ਕੀਤਾ ਜਾਂਦਾ ਬਗੈਰ ਕਿਸੇ ਸ਼ਰਤ ਤੋਂ, ਤਾਂ ਫਿਰ ਪੱਕਾ ਰੇਲ ਰੋਕੋ 9 ਨੂੰ ਸ਼ੰਭੂ ਬਾਰਡਰ ਦੇ ਵਿੱਚ ਜਾਰੀ ਹੋ ਜਾਊਗਾ। ਧੰਨਵਾਦ। ਹਾਂ ਬਿਲਕੁਲ, 7 ਨੂੰ ਤੇ 9 ਨੂੰ ਇਹ ਕੱਲਾ ਭਾਜਪਾ ਦੇ ਵਿਰੁੱਧ ਚੱਲੂਗਾ ਸਾਡਾ ਪ੍ਰੋਗਰਾਮ।
हां देखो असि डीसी नूं ना तां मंग पत्र देने सीगे, डीसी दे बार बोरे जाके पुतला फूकना सीगा, इह सानूं उहदे लोकां दी गिनती करके प्रोग्राम रख्या, कोई मंग पत्र नहीं देना सी। नौ दा इक दिन दा बंद होऊगा कि रेल रोको अंदोलन? नौ दा हुण इह सरकार दसूगी कि किन्ने दिन बंद कराउणा, पक्का बंद होऊगा। कोई बीजेपी दे वल्लों कोई सद्दा नहीं आया कोई मीटिंग दा जी? ना जी कोई अजे कोई गल नहीं हैगी जी। धन्यवाद मेहरबानी। देखो कांग्रेस पार्टी ने जिहड़ा चोन मैनीफेस्टो हुण बनाया वा, जारी होया अज खड़गे जी होना ते राहुल जी होना नू जारी किया वा, ठीक है वादे तो उन्होंने लीगल गरंटी कानून बनाउण दी गल भी उच्च कही हुई है, होर भी वादे किए हुए आ, पर कांग्रेस की बड़ी लंबा समा सरकार रही है, यह सत्ता विच रह के यह गल्लां कदी पूरियां नहीं होईयां, उन्हां दे बहुत सारे वादे पहलों भी साडे नाल हुंदे रहे आ, पर देखण वाली गल है भी जदों सत्ता विच होणगे उदों यह गल्लां पूरियां होणगियां के नहीं होणगियां। पर जे उन्हां किसानां वाले मुद्दे नूं अगे रख्या वा, यह चंगी गल है, पर इस गल ते यकीन नहीं कीता जाएगा जिन्ना चिर तक सानूं MSP लीगल गरंटी कानून देश की पार्लीमेंट विच कानून बना के पास करके दिता नहीं जाता हैगा।